ਲਗਾਤਾਰ ਪਏ ਮੀਂਹ ਤੋਂ ਬਾਅਦ ਹਾਲਾਤ ਇਹ ਹੋ ਚੁੱਕੇ ਨੇ ਕਿ ਸੜਕਾਂ ਦੇ ਉੱਤੇ ਦਰਿਆ ਵਹਿ ਰਹੇ ਨੇ ਅਤੇ ਉਹਨਾਂ ਦੇ ਵਿੱਚ ਗੱਡੀਆਂ ਵੀ ਬੰਦ ਪੈ ਗਈਆਂ ਨੇ। ਲੋਕਾਂ ਦਾ ਚੱਲਣਾ ਵੀ ਔਖਾ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਇੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਹ ਤਸਵੀਰਾਂ ਹੀ ਦੇਖ ਲਓ ਜਿੱਥੇ ਸੜਕ ਤੇ ਪਾਣੀ ਖੜਿਆ ਹੈ ਤੇ ਪਾਣੀ ਦੇ ਵਿੱਚ ਐਂਬੂਲੈਂਸ ਬੰਦ ਪਈ ਹੈ ਜਿਸ ਦੇ ਵਿੱਚ ਮਰੀਜ਼ ਵੀ ਹੈ। ਸੋ ਇਸ ਐਂਬੂਲੈਂਸ ਨੂੰ ਬਾਹਰ ਕੱਢਣਾ ਵੀ ਔਖਾ ਹੋਇਆ ਪਿਆ ਹੈ। ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਪਾਣੀ ਵੀ ਘੱਟ ਨਹੀਂ ਹੈ ਬਲਕਿ ਲੱਖ ਲੱਖ ਤੱਕ ਪਾਣੀ ਪਹੁੰਚਿਆ ਜਿਸ ਕਰਕੇ ਇਸ ਐਂਬੂਲੈਂਸ ਨੂੰ ਧੱਕਾ ਲਾਉਣਾ ਵੀ ਔਖਾ ਹੋ ਰਿਹਾ ਹੈ। ਇਹ ਐਂਬੂਲੈਂਸ ਕਾਫੀ ਦੇਰ ਤੱਕ ਸੜਕ ਤੇ ਇਸੇ ਤਰ੍ਹਾਂ ਪਾਣੀ ਦੇ ਵਿੱਚ ਖੜੀ ਰਹੀ ਹੈ ਜਦ ਤੱਕ ਮਦਦ ਨਹੀਂ ਮਿਲੀ ਤੇ ਇਸ ਐਂਬੂਲੈਂਸ ਨੂੰ ਧੱਕਾ ਲਾ ਕੇ ਬਾਹਰ ਨਹੀਂ ਕੱਢਿਆ ਗਿਆ। ਤਸਵੀਰਾਂ ਰਾਜਕੋਟ ਦੀਆਂ ਨੇ। ਰਾਜਕੋਟ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਸੜਕਾਂ ਦੇ ਹਾਲ ਦੇਖੋ ਕੀ ਹੋ ਚੁੱਕੇ ਨੇ ਕਿ ਸੜਕਾਂ ਦੇ ਉੱਤੇ ਦਰਿਆਵਾਂ ਵਾਂਗ ਪਾਣੀ ਵਹਿ ਰਿਹਾ ਹੈ ਤੇ ਇਹਦੇ ਵਿੱਚ ਚੱਲਣਾ ਵੀ ਔਖਾ ਹੈ ਤੇ ਵੱਡੀਆਂ ਵੱਡੀਆਂ ਗੱਡੀਆਂ ਵੀ ਇਸ ਵਿੱਚ ਬੰਦ ਪੈ ਗਈਆਂ ਨੇ। ਐਂਬੂਲੈਂਸ ਵੀ ਕਾਫੀ ਦੇਰ ਤੱਕ ਇਸ ਸੜਕ ਦੇ ਉੱਤੇ ਇਸੇ ਤਰ੍ਹਾਂ ਖੜੀ ਰਹੀ ਹੈ ਤੇ ਮਰੀਜ਼ ਨੂੰ ਵੀ ਖੱਜਲ ਖੁਆਰ ਹੋਣਾ ਪਿਆ ਹੈ। ਮਰੀਜ਼ ਦੇ ਪਰਿਵਾਰ ਵੀ ਇੱਥੇ ਪਰੇਸ਼ਾਨ ਹੋ ਗਏ। ਐਂਬੂਲੈਂਸ ਨੂੰ ਕਾਫੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਧੱਕਾ ਲਗਾ ਕੇ ਬਾਹਰ ਕੱਢਿਆ ਗਿਆ ਹੈ। ਦੱਸ ਦਈਏ ਕਿ ਰਾਜਕੋਟ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਉੱਪਰੋਂ ਦੇਖੋ ਬਰਸਾਤ ਹੋ ਰਹੀ ਹੈ ਤੇ ਥੱਲੇ ਕਿੰਨਾ ਕਿੰਨਾ ਪਾਣੀ ਖੜਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲੇ ਬਰਸਾਤ ਹੋਰ ਹੋਏਗੀ ਤੇ ਜੋ ਹਾਲ ਇਸ ਬਰਸਾਤ ਦੇ ਨਾਲ ਹੋਇਆ ਇਸ ਤੋਂ ਵੀ ਜ਼ਿਆਦਾ ਮਾੜਾ ਹਾਲ ਇੱਥੇ ਸੜਕਾਂ ਦਾ ਹੋ ਸਕਦਾ ਹੈ। ਪਾਣੀ ਲਗਾਤਾਰ ਸੜਕਾਂ ਤੋਂ ਦਰਿਆਵਾਂ ਵਾਂਗ ਵਹਿ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਸਾਹਮਣੇ ਆ ਰਹੀਆਂ ਨੇ। ਸੜਕਾਂ ਦੇ ਨਾਲ ਨਾਲ ਇੱਥੇ ਫਲਾਈਓਵਰ ਵੀ ਨੱਕੋ ਨੱਕ ਭਰੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਗੱਡੀਆਂ ਨਹੀਂ ਲੰਘ ਪਾ ਰਹੀਆਂ ਨੇ। ਇਹ ਐਂਬੂਲੈਂਸ ਵੀ ਇਸੇ ਲਈ ਬੰਦ ਪੈ ਗਈ ਹੈ ਕਿਉਂਕਿ ਇਸਦੇ ਇੰਜਨ ਦੇ ਵਿੱਚ ਵੀ ਪਾਣੀ ਪੈ ਚੁੱਕਿਆ ਹੈ ਜਿਸ ਕਰਕੇ ਐਂਬੂਲੈਂਸ ਪਾਣੀ ਦੇ ਵਿਚਾਲੇ ਹੀ ਖੜ ਗਈ ਜਿਸ ਦੇ ਵਿੱਚ ਮਰੀਜ਼ ਨੂੰ ਲਿਜਾਇਆ ਜਾ ਰਿਹਾ ਸੀ। ਲੋਕਾਂ ਨੇ ਬੜੀ ਮਸ਼ਕਤ ਦੇ ਨਾਲ ਇੱਥੇ ਮਦਦ ਪਹੁੰਚਾਈ ਤੇ ਫਿਰ ਐਂਬੂਲੈਂਸ ਨੂੰ ਬਾਹਰ ਕੱਢਿਆ ਗਿਆ ਹੈ। ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਐਂਬੂਲੈਂਸ ਇੱਥੇ ਪਾਣੀ 'ਚ ਕਈ ਘੰਟਿਆਂ ਤੱਕ ਫਸੀ ਰਹੀ ਹੈ। ਕਾਫੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਇਸ ਨੂੰ ਧੱਕਾ ਲਗਾ ਕੇ ਬਾਹਰ ਕੱਢਿਆ ਗਿਆ ਹੈ। ਲਗਾਤਾਰ ਪਏ ਮੀਂਹ ਤੋਂ ਬਾਅਦ ਹਾਲਾਤ ਇਹ ਹੋ ਚੁੱਕੇ ਨੇ ਕਿ ਸੜਕਾਂ ਦੇ ਉੱਤੇ ਦਰਿਆ ਵਹਿ ਰਹੇ ਨੇ ਅਤੇ ਉਹਨਾਂ ਦੇ ਵਿੱਚ ਗੱਡੀਆਂ ਵੀ ਬੰਦ ਪੈ ਗਈਆਂ ਨੇ। ਲੋਕਾਂ ਦਾ ਚੱਲਣਾ ਵੀ ਔਖਾ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਲੋਕਾਂ ਨੂੰ ਇੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਹ ਤਸਵੀਰਾਂ ਹੀ ਦੇਖ ਲਓ ਜਿੱਥੇ ਸੜਕ ਤੇ ਪਾਣੀ ਖੜਿਆ ਹੈ ਤੇ ਪਾਣੀ ਦੇ ਵਿੱਚ ਐਂਬੂਲੈਂਸ ਬੰਦ ਪਈ ਹੈ ਜਿਸ ਦੇ ਵਿੱਚ ਮਰੀਜ਼ ਵੀ ਹੈ। ਸੋ ਇਸ ਐਂਬੂਲੈਂਸ ਨੂੰ ਬਾਹਰ ਕੱਢਣਾ ਵੀ ਔਖਾ ਹੋਇਆ ਪਿਆ ਹੈ। ਦੂਰ ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਤੇ ਪਾਣੀ ਵੀ ਘੱਟ ਨਹੀਂ ਹੈ ਬਲਕਿ ਲੱਖ ਲੱਖ ਤੱਕ ਪਾਣੀ ਪਹੁੰਚਿਆ ਜਿਸ ਕਰਕੇ ਇਸ ਐਂਬੂਲੈਂਸ ਨੂੰ ਧੱਕਾ ਲਾਉਣਾ ਵੀ ਔਖਾ ਹੋ ਰਿਹਾ ਹੈ। ਇਹ ਐਂਬੂਲੈਂਸ ਕਾਫੀ ਦੇਰ ਤੱਕ ਸੜਕ ਤੇ ਇਸੇ ਤਰ੍ਹਾਂ ਪਾਣੀ ਦੇ ਵਿੱਚ ਖੜੀ ਰਹੀ ਹੈ ਜਦ ਤੱਕ ਮਦਦ ਨਹੀਂ ਮਿਲੀ ਤੇ ਇਸ ਐਂਬੂਲੈਂਸ ਨੂੰ ਧੱਕਾ ਲਾ ਕੇ ਬਾਹਰ ਨਹੀਂ ਕੱਢਿਆ ਗਿਆ। ਤਸਵੀਰਾਂ ਰਾਜਕੋਟ ਦੀਆਂ ਨੇ। ਰਾਜਕੋਟ ਦੇ ਵਿੱਚ ਭਾਰੀ ਬਰਸਾਤ ਤੋਂ ਬਾਅਦ ਸੜਕਾਂ ਦੇ ਹਾਲ ਦੇਖੋ ਕੀ ਹੋ ਚੁੱਕੇ ਨੇ ਕਿ ਸੜਕਾਂ ਦੇ ਉੱਤੇ ਦਰਿਆਵਾਂ ਵਾਂਗ ਪਾਣੀ ਵਹਿ ਰਿਹਾ ਹੈ ਤੇ ਇਹਦੇ ਵਿੱਚ ਚੱਲਣਾ ਵੀ ਔਖਾ ਹੈ ਤੇ ਵੱਡੀਆਂ ਵੱਡੀਆਂ ਗੱਡੀਆਂ ਵੀ ਇਸ ਵਿੱਚ ਬੰਦ ਪੈ ਗਈਆਂ ਨੇ। ਐਂਬੂਲੈਂਸ ਵੀ ਕਾਫੀ ਦੇਰ ਤੱਕ ਇਸ ਸੜਕ ਦੇ ਉੱਤੇ ਇਸੇ ਤਰ੍ਹਾਂ ਖੜੀ ਰਹੀ ਹੈ ਤੇ ਮਰੀਜ਼ ਨੂੰ ਵੀ ਖੱਜਲ ਖੁਆਰ ਹੋਣਾ ਪਿਆ ਹੈ। ਮਰੀਜ਼ ਦੇ ਪਰਿਵਾਰ ਵੀ ਇੱਥੇ ਪਰੇਸ਼ਾਨ ਹੋ ਗਏ। ਐਂਬੂਲੈਂਸ ਨੂੰ ਕਾਫੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਧੱਕਾ ਲਗਾ ਕੇ ਬਾਹਰ ਕੱਢਿਆ ਗਿਆ ਹੈ। ਦੱਸ ਦਈਏ ਕਿ ਰਾਜਕੋਟ ਦੇ ਵਿੱਚ ਵੀ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਉੱਪਰੋਂ ਦੇਖੋ ਬਰਸਾਤ ਹੋ ਰਹੀ ਹੈ ਤੇ ਥੱਲੇ ਕਿੰਨਾ ਕਿੰਨਾ ਪਾਣੀ ਖੜਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਹਲੇ ਬਰਸਾਤ ਹੋਰ ਹੋਏਗੀ ਤੇ ਜੋ ਹਾਲ ਇਸ ਬਰਸਾਤ ਦੇ ਨਾਲ ਹੋਇਆ ਇਸ ਤੋਂ ਵੀ ਜ਼ਿਆਦਾ ਮਾੜਾ ਹਾਲ ਇੱਥੇ ਸੜਕਾਂ ਦਾ ਹੋ ਸਕਦਾ ਹੈ। ਪਾਣੀ ਲਗਾਤਾਰ ਸੜਕਾਂ ਤੋਂ ਦਰਿਆਵਾਂ ਵਾਂਗ ਵਹਿ ਰਿਹਾ ਹੈ ਜਿਸ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਸਾਹਮਣੇ ਆ ਰਹੀਆਂ ਨੇ।
ਸੜਕਾਂ ਦੇ ਨਾਲ ਨਾਲ ਇੱਥੇ ਫਲਾਈਓਵਰ ਵੀ ਨੱਕੋ ਨੱਕ ਭਰੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਗੱਡੀਆਂ ਨਹੀਂ ਲੰਘ ਪਾ ਰਹੀਆਂ ਨੇ। ਇਹ ਐਂਬੂਲੈਂਸ ਵੀ ਇਸੇ ਲਈ ਬੰਦ ਪੈ ਗਈ ਹੈ ਕਿਉਂਕਿ ਇਸ ਦੇ ਇੰਜਨ ਦੇ ਵਿੱਚ ਵੀ ਪਾਣੀ ਪੈ ਚੁੱਕਿਆ ਹੈ, ਜਿਸ ਕਰਕੇ ਐਂਬੂਲੈਂਸ ਪਾਣੀ ਦੇ ਵਿਚਾਲੇ ਹੀ ਖੜ ਗਈ, ਜਿਸ ਦੇ ਵਿੱਚ ਮਰੀਜ਼ ਨੂੰ ਲਿਜਾਇਆ ਜਾ ਰਿਹਾ ਸੀ। ਲੋਕਾਂ ਨੇ ਬੜੀ ਮਸ਼ਕਤ ਦੇ ਨਾਲ ਇੱਥੇ ਮਦਦ ਪਹੁੰਚਾਈ ਤੇ ਫਿਰ ਐਂਬੂਲੈਂਸ ਨੂੰ ਬਾਹਰ ਕੱਢਿਆ ਗਿਆ। ਇਹ ਤਸਵੀਰਾਂ ਉਸ ਵੇਲੇ ਦੀਆਂ ਨੇ ਜਦੋਂ ਐਂਬੂਲੈਂਸ ਇੱਥੇ ਪਾਣੀ 'ਚ ਕਈ ਘੰਟਿਆਂ ਤੱਕ ਫਸੀ ਰਹੀ ਹੈ। ਕਾਫੀ ਜ਼ੋਰ ਅਜ਼ਮਾਇਸ਼ ਤੋਂ ਬਾਅਦ ਇਸ ਨੂੰ ਧੱਕਾ ਲਗਾ ਕੇ ਬਾਹਰ ਕੱਢਿਆ ਗਿਆ ਹੈ।